ਨੰਬਰ 4 ਹਵਾ ਵਿੱਚ ਅੱਖਰ ਲਿਖੋ ਬੈਠ ਕੇ। ਇੱਕ ਲੱਤ ਨਾਲ ਹਵਾ ਵਿੱਚ ਅੱਖਰ ਊੜਾ ਲਿਖੋ। ਆਰਾਮ ਕਰੋ। ਹੁਣ ਦੂਜੀ ਲੱਤ ਨਾਲ ਵੀ ਊੜਾ ਲਿਖੋ। ਫਿਰ ਵਾਪਸ ਆਰਾਮ ਕਰੋ। ਜੇ ਬਹੁਤ ਸੌਖਾ ਲੱਗੇ ਤਾਂ ਇਸੇ ਤਰੀਕੇ ਨਾਲ ਹੋਰ ਅੱਖਰ ਲਿਖੋ। ਇੱਕ ਲੱਤ ਨਾਲ ਲਗਾਤਾਰ ਕਈ ਅੱਖਰ ਲਿਖੋ। ਹਵਾ ਵਿੱਚ ਵੱਡੇ ਵੱਡੇ ਅੱਖਰ ਲਿਖੋ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ।